ਬਲਹੋਟੀ ਵਿੱਚ ਬਿਲਾਸਪੁਰ ਦੇ ਰਸੋਈਏ ਵੱਲੋਂ ਤਿਆਰ ਕੀਤੇ ਪਕਵਾਨਾਂ ਦੀ ਮਹਿਕ ਅੱਜ ਵੀ ਪੰਜਾਬ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੈ। ਹਿਮਾਚਲ ਦੇ ਨਾਲ ਲੱਗਦੇ ਪੰਜਾਬ ਰਾਜ ਵਿੱਚ ਕੀਰਤਪੁਰ ਸਾਹਿਬ ਦੇ ਸ਼ਿਵ ਮੰਦਿਰ ਵਿੱਚ ਮਹਾਸ਼ਿਵਰਾਤਰੀ ਦੇ ਮੌਕੇ 'ਤੇ ਬਿਲਾਸਪੁਰੀ ਧਾਮ ਦਾ ਭੰਡਾਰਾ ਅੱਜ ਵੀ ਵਰਤਾਇਆ ਜਾਂਦਾ ਹੈ। ਇਸ ਬਿਲਾਸਪੁਰੀ ਧਾਮ ਵਿੱਚ ਖੰਡਿਆਲੀ, ਖੱਟੀ ਚਨਾ, ਧੋਤਵੀਨ ਦਾਲ, ਕੜੀ ਅਤੇ ਛੋਲਿਆਂ ਦੀ ਦਾਲ ਅਤੇ ਬਦਾਣਾ ਮਿੱਠੇ ਰੂਪ ਵਿੱਚ ਸੰਗਤਾਂ ਵਿੱਚ ਵਰਤਾਇਆ ਜਾਂਦਾ ਹੈ। ਪਿਛਲੇ 8 ਸਾਲਾਂ ਤੋਂ ਇਸ ਬਿਲਾਸਪੁਰੀ ਧਾਮ ਨੂੰ ਭੰਡਾਰੇ ਵਜੋਂ ਆਯੋਜਿਤ ਕਰ ਰਹੇ ਕੋੜਾ ਪਰਿਵਾਰ ਦਾ ਕਹਿਣਾ ਹੈ ਕਿ ਜੋ ਸੰਤੁਸ਼ਟੀ ਲੱਕੜ ਦੇ ਬਲਹੋਟੀ 'ਚ ਪਕਾ ਕੇ ਇਸ ਭੋਜਨ ਤੋਂ ਮਿਲਦੀ ਹੈ, ਉਹ ਸ਼ਾਇਦ ਹੋਰ ਬਰਤਨਾਂ ਤੋਂ ਨਹੀਂ ਮਿਲਦੀ। ਇਸ ਬਿਲਾਸਪੁਰੀ ਧਾਮ ਦਾ ਆਨੰਦ ਲੈਣ ਲਈ ਦੂਰ ਦੂਰ ਤੋਂ ਸ਼ਰਧਾਲੂ ਪਹੁੰਚਦੇ ਹਨ। ਇਸ ਦੇ ਨਾਲ ਹੀ ਬਿਲਾਸਪੁਰ ਤੋਂ ਧਾਮ ਪਕਾਉਣ ਆਏ ਰਸੋਈਏ ਦਾ ਕਹਿਣਾ ਹੈ ਕਿ ਬਿਲਾਸਪੁਰੀ ਧਾਮ ਨੂੰ ਪੰਜਾਬ ਦੇ ਕੋਨੇ ਕੋਨੇ ਵਿੱਚ ਪਸੰਦ ਕੀਤਾ ਜਾਂਦਾ ਹੈ। ਫਲਸਰੂਪ ਉਹ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਇਹ ਧਾਮ ਪਕਾ ਚੁੱਕਾ ਹੈ। ਅਸੀਂ ਬਿਲਾਸਪੁਰ ਹਿਮਾਚਲ ਪ੍ਰਦੇਸ਼ 'ਤੇ ਇਸ ਭੰਡਾਰੇ ਬਣਾਉਣ ਵਾਸਤੇ ਆਏ ਜੀ। ਅਸੀਂ ਇੱਥੇ ਸਾਡਾ ਛੇਵਾਂ ਭੰਡਾਰਾ ਹੈਗਾ ਜੀ, ਅਤੇ ਉਸ ਤੋਂ ਪਹਿਲੇ ਅਸੀਂ ਇੱਥੇ ਵੀ ਆਉਂਦੇ ਰਹੇ, ਤਾਂ ਅਸੀਂ ਦਿੱਲੀ ਵੀ ਜਾਂਦੇ, ਤਾਂ ਚੰਡੀਗੜ੍ਹ ਜਾਂ ਇੱਧਰ ਨਾਲਾਗੜ੍ਹ ਸਾਈਡ ਵੀ ਜਾਂਦੇ। ਬਿਲਾਸਪੁਰ ਤਾਂ ਸਾਡੇ ਹੈ ਹੀ ਹੈ। ਹਾਂਜੀ, ਅਤੇ ਅਸੀਂ ਧੋਲੀ ਦਾਲ ਬਣਾਈ ਹੈ ਜੀ, ਜਿਹੜੀ ਪੀਲੀ ਦਾਲ ਜਿਹਨੂੰ ਬੋਲਦੇ ਆ, ਬਾਕੀ ਕੰਡਿਆਲੀ ਹੈ, ਔਰ ਕਾਲੇ ਚਨੇ ਹੈ, ਖੱਟੇ ਮਿੱਠੇ ਜਿਹੜੇ, ਔਰ ਰਾਜਮਾ ਹੈ ਪੰਜਾਬੀ, ਇਹਨੂੰ ਟਮਾਟਰ ਵਾਲੇ, ਇਹਨੂੰ ਅਸੀਂ ਦਹੀਂ ਵਾਲੇ ਵੀ ਬਣਾਉਂਦੇ, ਔਰ ਇੱਕ ਚਣੇ ਦੀ ਦਾਲ ਹੈ ਰਾਈ ਵਾਲੀ, ਇਹਨੂੰ ਔਰੀ ਲਗਾ ਕੇ, ਔਰ ਮਿੱਠਾ ਹੈ ਮਦਾਨੇ ਦਾ। ਅਸੀਂ ਮਸਾਲੇ ਜਿਹੜੇ ਅਸੀਂ ਜਿਹੜੇ ਰੈਡੀਮੇਡ ਨਹੀਂ ਹੁੰਦੇ ਸਾਡੇ, ਅਸੀਂ ਸਾਬਤ ਮੰਗਵਾਉਂਦੇ ਹਾਂ ਔਰ ਉਹਨਾਂ ਨੂੰ ਗਰਮ ਕਰਕੇ ਖੁਦ ਪੀਸ ਕੇ ਫਿਰ ਡਾਲਦੇ ਹਾਂ। ਬਾਕੀ ਇਹ ਪੈਕਟ ਵਾਲਾ ਅਸੀਂ ਮਸਾਲਾ ਕੋਈ ਯੂਜ ਨਹੀਂ ਕਰਦੇ। ਇਹ ਜਿਹੜਾ ਸ਼ਿਵਰਾਤਰੀ ਦੇ ਪਕਸ਼ ਵਿੱਚ ਇਹ ਹਮਾਚਲੀ ਧਾਮ ਹੈ ਵੀਰੇ ਕੁਮਾਰ ਕੌੜਾ ਦੇ ਪਰਿਵਾਰ ਵੱਲੋਂ ਦਿੱਤੀ ਜਾਂਦੀ ਹੈ। ਲੋਕ ਬੜੇ ਦੂਰ ਦੂਰ ਤੋਂ ਭੰਡਾਰਾ ਬੜੇ ਆਨੰਦ ਨਾਲ ਮਾਣਦੇ ਆ, ਖੁਸ਼ੀ ਨਾਲ ਖਾਣਾਉਂਦੇ ਆ, ਅਤੇ ਇਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ। ਕੌੜੇ ਪਰਿਵਾਰ ਵੱਲੋਂ ਹਰ ਸਾਲ ਸ਼ਿਵਰਾਤਰੀ ਵਿੱਚ ਭੰਡਾਰਾ ਕੀਤਾ ਜਾਂਦਾ, ਇਹ ਹਮਾਚਲੀ ਧਾਮ ਭੰਡਾਰਾ ਕੀਤਾ।